ਤੁਸੀਂ ਸਾਡੇ ਯੂਟਿਊਬ ਚੈਨਲ MH1 ਹੈਪੀ ਸ਼ੇਰ ਨੂੰ ਸਬਸਕ੍ਰਾਈਬ ਕਰਤਾ ਘੰਟੀ ਘੰਟੀ ਵਜਾਤੀ, ਨੋਟੀਫਿਕੇਸ਼ਨ ਦਾ ਭੇਜੋ। ਸ਼ੇਰੂ ਯਾਰ ਕਿੱਥੇ ਗਿਆ ਸੀ? ਮੋਗੇ ਗਿਆ ਸੀ ਯਾਰ। ਬੱਸ ਤੇ ਨਾ ਹੋਰ, ਤੁਸੀਂ BMW ਰੱਖੀ ਹੈ? ਹੈਂ, ਕੋਈ ਨੀ, ਹੌਸਲਾ ਰੱਖ, BMW ਵੀ ਆਜੂ। ਭਾਜੀ ਇਕੱਲੇ ਹੌਸਲੇ ਨਾਲ ਨਹੀਂ ਆਉਂਦੀ, ਕੰਮ ਕਰਨਾ ਪਊ। ਆਪਾਂ ਯਾਰ ਬੱਕਰੀ ਲੈ ਲੈਂਦੇ ਆ। ਉਹਦੇ ਨਾਲ ਕੀ ਹੋਊ ਭਾਜੀ? ਯਾਰ ਉਹਦੇ ਨਾਲ ਆਪਣੇ ਕੋਲੇ BMW ਆਜੂ। ਬੱਕਰੀ ਨਾਲ BMW ਕਿਵੇਂ ਆਜੂ ਭਾਜੀ? ਯਾਰ ਕੱਲ ਤਾਂ ਆਪਾਂ ਬੱਕਰੀ ਨਾਲ ਐਰੋਪਲੇਨ ਲੈ ਲਿਆ ਸੀ। ਭਾਜੀ ਉਹ ਬੱਕਰੀ ਨੀ, ਬੁਕਾਰਡੀ ਸੀ। ਹੈਂ, ਦੂਜੇ ਦਿਨ ਸਮਾਨ ਬੰਨ ਕੇ ਬਹਿ ਜਾਂਦੀ ਆ ਆਪਣਾ। ਹੈਂ, ਮੈਂ ਯੂਨੀਵਰਸਿਟੀ ਪੜ੍ਹਨ ਜਾ ਰਹੀ ਹਾਂ ਸ਼ੇਰੂ। ਲੈ ਦੱਸ ਯਾਰ, ਆ ਕੋਈ ਗੱਲ ਹੋਈ ਭਲਾ? ਸਾਡੇ ਮਕਾਨ ਦਾ ਕਿਰਾਇਆ ਤਾਂ ਕੀ ਦੇਣਾ ਸੀ, ਜੇਬ ਖਰਚਾ ਵੀ ਨਹੀਂ ਦੇ ਕੇ ਜਾ ਰਹੀ। ਹੈਂ, ਕੋਈ ਨੀ ਸ਼ੇਰੂ, ਲੈ ਲਓ ਜੇਬ ਖਰਚਾ। ਯਾਰ ਕੱਲ ਕੇਬਲ TV ਵਾਲਾ ਆਇਆ, ਕਹਿੰਦਾ ਮੈਡਮ ਵਾਲ 300 ਰਹਿੰਦਾ। ਹਾਂ ਸੱਚ, ਕੇਬਲ ਵਾਲੇ ਦਾ ਰਹਿ ਗਿਆ ਸੀਗਾ 300 ਰੁਪਏ, ਆ ਫੜ ਉਹਨੂੰ ਦੇ ਦੀ। ਮੈਨੂੰ ਰਾਸ਼ਨ ਵਾਲੇ ਨੇ ਦੁਖੀ ਕਰ ਲਿਆ, ਕਹਿੰਦਾ ਮੈਡਮ 2700 ਦਾ ਸਮਾਨ ਲੈ ਗਏ, ਪੈਸੇ 2200 ਹੀ ਦਿੱਤੇ ਆ। ਹੈਂ, ਕਿਉਂ, 500 ਦਾ ਸਮਾਨ ਮੈਂ ਹੈਪੀ ਦੇ ਹੱਥ ਮੋੜ ਨਹੀਂ ਦਿੱਤਾ ਸੀ? ਯਾਰ ਉਹ ਮੋੜਨਾ ਸੀ, ਮੈਨੂੰ ਐਂ ਸੀ ਵੀ ਤੁਸੀਂ ਰੱਖ ਲਓ। 500 ਰੁਪਇਆ ਦੇ ਕੇ ਜਾ, ਫਿਰ ਚਾਹੇ ਜਿੱਥੇ ਮਰਜ਼ੀ ਜਾ। ਆ ਫੜ 500 ਰੁਪਏ। ਬਾਜੀ 800 ਹੋ ਗਿਆ, ਆ ਫੜੋ 200 ਰੁਪਇਆ ਹੋਰ। ਯਾਰ ਇਹ ਗਾਣਾ, ਤੁਹਾਡੇ ਦੋਨਾਂ ਭੁੱਖਿਆਂ ਦਾ ਜੇਬ ਖਰਚ 100-100 ਰੁਪਇਆ ਖਰਚ ਲਿਆ ਜੇ ਦੋਵੇਂ ਜਣੇ। ਲਿਆ ਫੜਾ, ਜਿੱਥੇ 800 ਖਰਚਾਂਗੇ ਉੱਥੇ 100-100 ਵੀ ਖਰਚੀ ਲਵਾਂਗੇ, ਕਿਉਂ ਬਾਜੀ? ਹੋਰ ਯਾਰ, ਹਾਂ ਫੇਰ ਤੋਂ ਝੂਠ, ਇੱਧਰ ਫੜਾਓ ਮੇਰੇ ਸਾਰੇ ਪੈਸੇ ਵਾਪਸ ਤੇ ਦਫਾ ਹੋ ਜਾਓ। ਯਾਰ ਤੇਰੀ ਉਮਰ ਕਿੰਨੀ ਆ? ਕਿਉਂ, ਤੁਸੀਂ ਵੋਟ ਬਣਵਾਉਣੀ ਹੈ ਮੇਰੀ? ਹੈਂ, ਨਾ ਨਾ, ਲਾਇਸੈਂਸ ਬਣਵਾਉਣਾ। ਕਾਹਦਾ? ਪਿਸਟਲ ਦਾ? ਪਿਸਟਲ ਦਾ ਨਹੀਂ, ਤੇਰਾ। ਮੇਰਾ ਕਾਹਦਾ? ਡਰਾਈਵਿੰਗ ਦਾ? ਡਰਾਈਵਿੰਗ ਦਾ ਨਹੀਂ ਯਾਰ, ਤੇਰਾ ਆਪਦਾ। ਵੀ ਤੂੰ ਕੁੱਤਾ, ਦੰਦੀ ਬੜਵਾ ਕੇ ਦੇਖ ਲੋ, ਮੇਰੇ ਕੋਲੋਂ ਲੱਗ ਜੂ ਪਤਾ। ਯਾਰ ਤੈਨੂੰ ਫੋਟੋ ਕਾਪੀਆਂ ਦੇ ਆਪਣੀਆਂ। ਹਲੋ, ਆਹੀ ਫੇਸਬੁੱਕ ਤੇ ਲਾਈਆਂ? ਯਾਰ ਫੇਸਬੁੱਕ ਵਾਲੀਆਂ ਨਹੀਂ ਚੱਲਣੀਆਂ। ਫੇਸਬੁੱਕ ਤੇ ਤਾਂ ਬਹੁਤ ਚੱਲਦੀਆਂ, ਲੋਕੀ ਇੱਕ ਦੂਜੇ ਨੂੰ ਟੈਗ ਕਰ ਕਰਕੇ ਕਮਲੇ ਹੋਏ ਪਏ ਆ। ਹੈਂ, ਫਾਰਮ ਤੇ ਸਾਈਨ ਕਰ ਦੇ। ਆਟੋਗ੍ਰਾਫ ਕਹੋ? ਹਾਂ, ਆਟੋਗ੍ਰਾਫ ਦੇ ਦੇ। ਇਹ ਆਲੋ ਆਲੋ ਆ ਦੇ ਤੇ ਆਟੋਗ੍ਰਾਫ, ਕਾਹਦਾ ਫਾਰਮ ਹੈ ਇਹ? ਯਾਰ ਆਪਣਾ ਆਤਮ ਹੱਤਿਆ ਦਾ। ਆਤਮ ਹੱਤਿਆ? ਹੈਂ, ਹਾਂ ਯਾਰ, ਇਹਦੇ ਚ ਲਿਖਿਆ ਮੈਂ ਆਪਣੀ ਜੀਵਨ ਅਤੇ ਲੀਲਾ ਦੋਵੇਂ ਸਮਾਪਤ ਕਰ ਰਿਹਾ, ਹੈਪੀ ਬਾਜੀ ਨੂੰ ਤੰਗ ਨਾ ਕੀਤਾ ਜਾਵੇ। ਆ ਥੱਲੇ ਤੇਰੇ ਸਾਈਨ ਵੀ ਕੀਤੇ ਹੋਏ ਆ ਸ਼ੇਰੂ। ਪਰ ਭਾਜੀ ਮੈਂ ਤਾਂ ਆਤਮ ਹੱਤਿਆ ਕਰ ਹੀ ਨਹੀਂ ਰਿਹਾ। ਤੂੰ ਲਿਖਿਆ, ਹੁਣ ਤਾਂ ਕਰਨੀ ਪੈਣੀ ਹੈ। ਭਾਜੀ ਮੇਰੀ ਇੱਕ ਅੰਤਿਮ ਇੱਛਾ ਹੈ। ਦੱਸੋ। ਭਾਜੀ ਮੈਨੂੰ ਮਰਨ ਤੋਂ ਪਹਿਲਾਂ ਸੁਪਰ ਸਟਾਰ ਹੈਪੀ ਸਿੰਘ ਦਾ ਆਟੋਗ੍ਰਾਫ ਚਾਹੀਦਾ। ਆਟੋਗ੍ਰਾਫ ਮਰ ਜਾ ਹੁਣ। ਐ ਕਿਵੇਂ ਮਰ ਜਾ? ਜੇ ਮੈਂ ਮਰ ਗਿਆ ਤੁਹਾਨੂੰ ਜੇਲ੍ਹ ਹੋਜੂ। ਮੇਰਾ ਐ ਕਿਵੇਂ ਜੇਲ੍ਹ ਹੋਜੂ? ਆ ਕਾਗਜ਼ ਤੇ ਲਿਖਿਆ ਮੈਂ ਸ਼ੇਰੂ ਦੀ ਜੀਵਨ ਅਤੇ ਲੀਲਾ ਦੋਵੇਂ ਸਮਾਪਤ ਕੀਤੀ ਹੈ, ਕਿਉਂਕਿ ਸ਼ੇਰੂ ਅਤੇ ਬਿੱਲੋ ਦੀ ਲੀਲਾ ਮੇਰੇ ਕੋਲੋਂ ਦੇਖੀ ਨਹੀਂ ਗਈ। ਆ ਥੱਲੇ ਤੁਹਾਡੇ ਸਾਈਨ ਨੇ, ਹੈਪੀ ਸਿੰਘ। ਹੈਂ ਸਾਲਿਆ, ਮੇਰਾ ਕੁੱਤਾ ਮੈਨੂੰ ਹੀ ਬਹੁ ਬਹੁ। ਯਾਰ ਕਿੱਥੋਂ ਆ ਰਿਹਾ? ਭਾਜੀ ਬਿੱਲੋ ਦੇ ਘਰੋਂ। ਯਾਰ ਕੀ ਕਰਨ ਗਿਆ ਸੀ? ਭਾਜੀ ਕੱਪੜੇ ਧੋਣ ਗਿਆ ਸੀ। ਸਾਲਿਆ, ਇੱਕ ਹਫ਼ਤੇ ਤੋਂ ਮੇਰੀ ਬਨੈਣ ਗੰਦੀ ਪਈ ਆ, ਉਹ ਤੇਰੇ ਉੱਤੋਂ ਧੋਤੀ ਨਹੀਂ ਗਈ, ਬਿੱਲੋ ਹੋਰਾਂ ਦੇ ਕੱਪੜੇ ਧੋਆ। ਤੁਹਾਡੀ ਬਨੈਣ ਧੋ ਕੇ ਮੈਨੂੰ ਕੀ ਮਿਲੂ ਭਾਜੀ? ਯਾਰ ਬਿੱਲੋ ਕੋਲੋਂ ਤੈਨੂੰ ਦੱਸ ਕਿਹੜੇ ਡਾਲਰ ਮਿਲ ਗਏ? ਡਾਲਰ ਚਾਹੇ ਨਹੀਂ ਮਿਲੇ, ਪਾਰੀਆਂ ਤਾਂ ਮਿਲੀਆਂ। ਯਾਰ ਅੱਛਾ, ਹੋਰ ਕੀ, ਇੱਕ ਕੱਪੜਾ ਧੋਵਾਂ ਇੱਕ ਪਾਰੀ, ਇੱਕ ਕੱਪੜਾ ਧੋਵਾਂ ਇੱਕ ਪਾਰੀ। ਯਾਰ ਸ਼ੇਰੂ, ਹੋਰ ਕੱਪੜੇ ਹੈਗੇ ਉਹਨਾਂ ਦੇ ਧੋਣ ਵਾਲੇ? ਜਾਓ ਜਾਓ, ਥੋੜੇ ਜਿਹੇ ਕੱਪੜੇ ਛੱਡ ਕੇ ਆਇਆ ਤੁਹਾਡੇ ਧੋਣ ਵਾਸਤੇ, ਇੱਕ ਕੱਪੜਾ ਧੋਇਓ ਇੱਕ ਪਾਰੀ ਲੈ ਲਿਓ। ਥੈਂਕ ਯੂ ਯਾਰ ਸ਼ੇਰੂ,
ਤੂੰ ਮੇਰਾ ਕਿੰਨਾ ਖਿਆਲ ਰੱਖਦਾ। ਭਾਜੀ ਕੱਪੜੇ ਸਾਫ ਸਾਫ ਧੋਇਓ, ਉਲਾਂਭਾ ਨਹੀਂ ਆਉਣਾ ਚਾਹੀਦਾ। ਯਾਰ ਫਿਕਰ ਨਾ ਕਰ, ਬਿੱਲੋ ਸ਼ਾਮ ਨੂੰ ਆ ਕੇ ਚੈੱਕ ਕਰੂ। ਯਾਰ ਹੁਣ ਕਿੱਥੇ ਆ ਬਿੱਲੋ? ਟਿਊਸ਼ਨ ਗਈ ਹੈ ਭਾਜੀ। ਯਾਰ ਪਾਰੀਆਂ ਫਿਰ ਸ਼ਾਮ ਨੂੰ ਲਓ। ਸ਼ਾਮ ਨੂੰ ਕਿਉਂ, ਹੁਣੇ ਨਿਬੇੜਿਓ ਕੰਮ। ਯਾਰ ਬਿੱਲੋ ਤਾਂ ਟਿਊਸ਼ਨ ਗਈ ਹੈ। ਬਿੱਲੋ ਦੇ ਪਾਪਾ ਘਰੇ ਨੇ, ਉਹਨਾਂ ਦੀਆਂ ਲੈ ਲਿਓ। ਹੈ ਸਾਲਿਆ, ਮੈਂ ਬਿੱਲੋ ਦਾ ਆਸ਼ਿਕ ਹਾਂ, ਉਹਦੇ ਪਾਪਾ ਦਾ ਨਹੀਂ। ਚਲੋ ਯਾਰ ਮੈਂ ਥੱਕ ਗਿਆ। ਲੱਤਾਂ ਘੁੱਟ ਦਿੰਨਾ ਭਾਜੀ। ਹੈ ਯਾਰ ਘੁੱਟ ਦੇ। ਏ ਆ ਲੋ ਹੈ। ਮੈਂ ਲੱਤਾਂ ਘੁੱਟੀਆਂ, ਗਲਾ ਥੋੜੀ ਘੁੱਟਿਆ। ਮਾਰਤਾ ਹੋਏ ਮਾਰਤਾ ਹੋਏ। ਹੈ ਯਾਰ ਲੱਤਾਂ ਕੋਈ ਏਦਾਂ ਘੁੱਟੀ ਦੀਆਂ? ਹੋਰ ਕਿੱਦਾਂ ਘੁੱਟੀ ਦੀਆਂ? ਯਾਰ ਹੌਲੀ ਹੌਲੀ ਘੁੱਟੀ ਦੀਆਂ। ਤੂੰ ਲੰਮਾ ਬਹਿ, ਮੈਂ ਘੁੱਟ ਕੇ ਦਿਖਾਉਣਾ। ਠੀਕ ਹੈ। ਏ ਆ ਲੋ ਪੈ ਗਏ ਲੰਮੇ, ਘੁੱਟੋ ਲੱਤਾਂ। ਹੈ ਯਾਰ ਰਾਮ ਆ ਰਿਹਾ, ਉਹਨੂੰ ਕਹਿ ਦੋ ਮੈਂ ਸੁੱਤਾ ਹੋਇਆ। ਯਾਰ ਕਿਹਨੂੰ? ਰਾਮ ਨੂੰ। ਨਾ ਨਾ ਮੈਂ ਪੁੱਛਿਆ ਤੈਨੂੰ, ਰਾਮ ਆ ਰਿਹਾ? ਰਾਮ ਆਊਗਾ, ਹੌਲੀ ਹੌਲੀ ਆਊਗਾ। ਤੁਸੀਂ ਲੱਤਾਂ ਘੁੱਟੋ। ਹੈ ਠੀਕ ਹੈ ਯਾਰ। ਚਲੋ ਯਾਰ ਫਰਕ ਪਿਆ ਕੁਛ? ਰੈਗੂਲਰ ਦਵਾਈ ਲਈਦੀ ਆ, ਫਰਕ ਤਾਂ ਪਊਗਾ ਹੀ। ਹੈ ਨਾ ਨਾ ਦਵਾਈ ਨਾਲ ਨੀ, ਲੱਤਾਂ ਘੁੱਟਣ ਨਾਲ ਕੁਛ ਫਰਕ ਪਿਆ? ਭਾਜੀ ਮੈਨੂੰ ਤਾਂ ਅੱਜ ਤੱਕ ਚਪੇੜਾਂ ਖਾਣ ਨਾਲ ਕੋਈ ਫਰਕ ਨਹੀਂ ਪਿਆ, ਲੱਤਾਂ ਘੁੱਟਣ ਨਾਲ ਕੀ ਸੁਆਹ ਪੈਣਾ? ਹੈ ਯਾਰ ਫਿਰ ਗਲਾ ਘੁੱਟਣ ਨਾਲ ਪੈ ਜੂ। ਯਾਰ ਤੂੰ ਕਿੰਨਾ ਪਿਆਰਾ। ਹਾਂਜੀ ਭਾਜੀ। ਯਾਰ ਕਿੰਨਾ ਕਿਊਟ ਹੈ। ਬਿਲਕੁਲ ਭਾਜੀ। ਯਾਰ ਚਿਹਰੇ ਤੇ ਕਿੰਨੀ ਗ੍ਰੇਸ ਹੈ ਤੇਰੇ। ਉਹ ਤਾਂ ਹੈ ਭਾਜੀ। ਤੈਨੂੰ ਬੈਠਣ ਦਾ ਕਿੰਨਾ ਸਲੀਕਾ। ਕਿਰਪਾ ਭਾਜੀ। ਯਾਰ ਚੱਲਦਾ ਕਿੰਨੇ ਸਟਾਈਲ ਨਾਲ। ਸਟਾਈਲਿਸ਼ ਆ ਭਾਜੀ। ਯਾਰ ਤੇਰੀ ਸਮਾਈਲ ਕਿੰਨੀ ਵਧੀਆ। ਸਮਾਈਲੀ ਫੇਸ ਹੈ ਭਾਜੀ। ਯਾਰ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ। ਕਿਹੜੀ ਭਾਜੀ? ਯਾਰ ਹੈਗਾ ਤੂੰ ਫੇਰ ਵੀ ਕੁੱਤਾ ਹੀ ਆ। ਗੱਲ ਤਾਂ ਬਿੱਲੋ ਨਾਲ ਕਰਨੀ ਪੈਣੀ ਆ। ਗੱਲ ਤਾਂ ਮੈਂ ਕਰ ਲੈਣਾ, ਤੁਸੀਂ ਬਸ ਵਿੱਚ ਨਾ ਬੋਲਿਓ। ਠੀਕ ਹੈ? ਹੈ ਠੀਕ ਹੈ ਯਾਰ, ਨਹੀਂ ਬੋਲਦਾ। ਆ ਜਾਓ ਫਿਰ ਨਾਲ ਮੇਰੇ। ਇਹ ਆ ਮਾਰਤੀ ਘੰਟੀ। ਬਿੱਲੋ, ਓ ਬਿੱਲੋ। ਸ਼ੇਰੂ, ਆ ਮੋਟੇ ਨੂੰ ਨਾਲ ਕਿਉਂ ਲੈ ਕੇ ਆਏ ਆ? ਦੇਖ ਲੈ ਯਾਰ ਸ਼ੇਰੂ। ਭਾਜੀ ਵਿੱਚ ਨਹੀਂ ਬੋਲਣਾ, ਮੈਨੂੰ ਕਰਨ ਦਿਓ ਗੱਲ। ਹਾਂ ਕੀ ਕਹਿ ਰਹੀ ਸੀ? ਆ ਗੈਂਡੇ ਨੂੰ ਨਾਲ ਕਿਉਂ ਲੈ ਕੇ ਆਇਆ? ਹੈ ਯਾਰ ਇਹਨੇ ਗੈਂਡਾ ਕਦੋਂ ਗਿਆ? ਵਿੱਚ ਨਾ ਬੋਲੋ ਭਾਜੀ। ਸ਼ੇਰੂ, ਮੈਂ ਇਸ ਮੋਟੇ ਦੀ ਸ਼ਕਲ ਵੀ ਨਹੀਂ ਦੇਖਣਾ ਚਾਹੁੰਦੀ। ਕੀ ਹੋਇਆ ਸ਼ਕਲ ਨੂੰ? ਸਵੇਰੇ ਸਵੇਰੇ ਤਾਂ ਬਿੱਲੀਆਂ ਨੇ ਚੱਟ ਕੇ ਸਾਫ਼ ਕੀਤੀ ਹੈ। ਹੈ ਯਾਰ ਪਾਣੀ ਨਾਲ ਸਾਫ਼ ਕੀਤੀ ਹੈ। ਬਿੱਲੀਆਂ ਨੇ ਚੱਟ ਕੇ ਸਾਫ਼ ਕੀਤੀ ਹੈ, ਤਾਂਹੀਓ ਤਾਂ ਪਾਣੀ ਨਾਲ ਸਾਫ਼ ਕੀਤੀ ਹੈ। ਉੱਦਾਂ ਕਦੇ ਪਾਣੀ ਦੇ ਕੋਲ ਦੀ ਲੰਘੇ ਹੋ? ਹੈ ਇਹ ਤਾਂ ਹੈ। ਵਿੱਚ ਨਾ ਬੋਲੋ, ਤੁਹਾਨੂੰ ਕਿੰਨੀ ਵਾਰ ਕਿਹਾ? ਨਹੀਂ ਬੋਲਦਾ ਯਾਰ। ਓਏ ਕਿਸੇ ਦੀ ਇੰਨੀ ਹਿੰਮਤ ਨਹੀਂ ਹੈ ਕਿ ਮੇਰੇ ਸਾਹਮਣੇ ਕੋਈ ਬੋਲ ਜਾਏ। ਦੇਖ ਲੈ ਯਾਰ ਸ਼ੇਰੂ ਹਿੰਮਤ ਦੀ ਗੱਲ ਕਰ ਰਹੀ ਹੈ। ਵਿੱਚ ਨਾ ਬੋਲੋ ਭਾਜੀ, ਮੈਨੂੰ ਕਰਨ ਦਿਓ ਗੱਲ। ਹੈ ਠੀਕ ਹੈ ਯਾਰ। ਹੁਣ ਤੂੰ ਦੱਸ ਗੱਲ ਕਿੱਥੇ ਨਿਬੇੜਨੀ ਹੈ? ਬਸ ਮੈਂ ਤਾਂ ਸਿਰਫ ਇੰਨਾ ਚਾਹੁੰਦੀ ਹਾਂ ਕਿ ਇਹ ਇੱਥੋਂ ਦਫਾ ਹੋ ਜਾਏ। ਵਿੱਚ ਨਾ ਬੋਲੋ ਭਾਜੀ। ਸਾਲਿਆ ਖਾਂਸੀ ਆਈ ਆ, ਹੁਣ ਖੰਘਾ ਵੀ ਨਾ। ਅੰਗਰੇਜ਼ ਜੀ, ਯਾਰ ਬਿੱਲੋ ਕਹਿੰਦੀ ਜਦੋਂ ਤੱਕ ਮੈਂ ਕੋਈ ਨੌਕਰੀ ਨਹੀਂ ਕਰਦਾ ਉਦੋਂ ਤੱਕ ਉਹ ਮੇਰੇ ਨਾਲ ਸ਼ਾਦੀ ਨਹੀਂ ਕਰੇਗੀ। ਇਹਦੇ ਚ ਮੈਂ ਤੇਰੀ ਕੀ ਹੈਲਪ ਕਰ ਸਕਦਾ ਹਾਂ? ਯਾਰ ਜੇ ਤੁਸੀਂ ਮੈਨੂੰ ਆਪਣੇ ਥਾਣੇ ਚ ਕੋਈ ਛੋਟਾ ਮੋਟਾ ਕੰਮ ਦੇ ਦਿਓ ਤਾਂ ਮੇਰੀ ਪ੍ਰੋਬਲਮ ਸੋਲਵ ਹੋ ਸਕਦੀ ਹੈ। ਨੋ ਪ੍ਰੋਬਲਮ, ਅੱਜ ਤੋਂ ਤੂੰ ਮੇਰੇ ਲਈ ਕੰਮ ਕਰੇਗਾ, ਪਰ ਉਹਦੇ ਲਈ ਤੈਨੂੰ ਪਹਿਲਾਂ ਕੋਈ ਕੇਸ ਸੋਲਵ ਕਰਨਾ ਪਊ। ਥੈਂਕ ਯੂ ਅੰਗਰੇਜ਼ ਜੀ, ਥੈਂਕ ਯੂ ਵੈਰੀ ਮੱਚ। ਯਾਰ ਮੈਂ ਪੂਰੀ ਮਿਹਨਤ ਕਰੂੰਗਾ। ਓਕੇ ਜੀ, ਮੈਂ ਜਾ ਰਿਹਾ। ਅੰਗਰੇਜ਼ੀ, ਮੈਂ ਇੱਕ ਨਜਾਇਜ਼ ਦੇਸੀ ਸ਼ਰਾਬ ਦਾ ਟਰੱਕ ਫੜਿਆ। ਵੈਰੀ ਗੁੱਡ ਹੈਪੀ, ਤੂੰ ਪੰਜਾਬ ਪੁਲਿਸ ਦਾ ਨਾਮ ਰੋਸ਼ਨ ਕਰਤਾ। ਆਮ ਪ੍ਰਾਊਡ ਆਫ ਯੂ, ਪਰ ਕੰਮ ਹਜੇ ਪੂਰਾ ਨਹੀਂ ਹੋਇਆ। ਯਾਰ ਉਹ ਕਿੱਦਾਂ? ਤੂੰ ਦਾਰੂ ਦਾ ਟਰੱਕ ਤੇ ਫੜ ਲਿਆ, ਹੁਣ ਇੱਕ ਟਰੱਕ ਸੋਡੇ ਦਾ ਤੇ ਨਮਕੀਨ ਦਾ ਵੀ ਫੜ, ਫੇਰ ਹੀ ਮਜ਼ਾ ਆਊ। ਜੋਕਸ ਜੋਕਸ ਜੋਕਸ।
ਬਿੱਲੋ ਯਾਰ ਕੱਲ ਮੈਂ ਜੰਗਲ ਚਲਾ ਗਿਆ। ਅੱਛਾ ਫੇਰ? ਯਾਰ ਉੱਥੇ ਸ਼ੇਰ ਤੇ ਸ਼ੇਰਨੀ ਖੜੇ। ਓ ਮਾਈ ਗੋਡ, ਫੇਰ ਕੀ ਹੋਇਆ ਹੈਪੀ? ਯਾਰ ਸ਼ੇਰ ਨੇ ਆਸੇ ਪਾਸੇ ਦੇਖ ਕੇ ਸ਼ੇਰਨੀ ਨੂੰ ਅੱਖ ਮਾਰਤੀ ਏਦਾਂ ਕਰਕੇ। ਸ਼ੇਰਨੀ ਨੇ ਕੁਝ ਨਹੀਂ ਕਿਹਾ? ਯਾਰ ਸ਼ੇਰਨੀ ਕਹਿੰਦੀ ਇਹਦਾ ਕੀ ਮਤਲਬ? ਯਾਰ ਉਹੀ ਜੋ ਤੂੰ ਮੈਨੂੰ ਕਹਿਣੀ ਹੁੰਦੀ ਆ। ਓ ਸ਼ਟ ਅਪ ਹੈਪੀ। जो मिल जे ओही खा लैने हो, नाल दी गली वाले टॉमी वर्गा हाल है तुहाडा हैं? ਮੈਂ ਤੁਹਾਨੂੰ ਕਿਹਾ ਸੀ ਮੇਰੀ ਕਸਮ ਨਾ ਖਾਓ ਹੈਂ? ਹੈਪੀ ਤੂੰ ਇਹ ਕਹਿ ਰਿਹਾ ਸੀ ਕਿ ਮੈਂ ਤੇਰੀ ਲਾਈਫ 'ਚ ਆਉਣ ਵਾਲੀ ਪਹਿਲੀ ਕੁੜੀ ਆ ਤੇ ਰੀਟਾ ਰਿੰਪੀ? ਯਾਰ ਮੈਂ ਬਿਲਕੁਲ ਸਹੀ ਕਹਿ ਰਿਹਾ, ਮਿਲੋ ਪਹਿਲੀ ਤੂੰ ਹੀ ਹੈ। ਯਾਰ ਇਹ ਤਾਂ ਦੂਜੀ ਤੀਜੀ ਚੌਥੀ ਪੰਜਵੀਂ ਨੇ ਹੈਂ? ਓ ਯੂ ਸ਼ਟ ਅਪ ਹੈਪੀ। ਥੈਂਕਸ ਫਾਰ ਵਾਚਿੰਗ। ਇਸ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਕਮੈਂਟ ਕਰਨਾ ਨਾ ਭੁੱਲਿਓ ਹੈਂ।